ਹਸਪਤਾਲ ਦੇ ਬਾਹਰ ਖੜੀ ਸਰਕਾਰੀ ਬੱਸ ਤੇ ਬੱਸ ਦੇ ਵਿੱਚ ਵਾਰ ਵਾਰ ਚੜ ਰਿਹਾ ਉਤਰ ਰਿਹਾ ਹਸਪਤਾਲ ਦਾ ਸਟਾਫ। ਤਸਵੀਰਾਂ ਨੇ ਜਿੱਥੇ ਬੱਸ ਦੇ ਅੰਦਰ ਹੀ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਕੀਤੀ ਗਈ ਹੈ। ਕਾਰਨ ਇਹ ਸੀ ਕਿ ਇਸ ਬੱਸ ਦੇ ਵਿੱਚ ਗਰਭਵਤੀ ਔਰਤ ਸਫ਼ਰ ਕਰ ਰਹੀ ਸੀ ਤਾਂ ਅਚਾਨਕ ਉਸਨੂੰ ਦਰਦ ਹੋਣ ਲੱਗੀ, ਜਿਸ ਨੂੰ ਲੈ ਕੇ ਡਰਾਈਵਰ ਨੇ ਵੀ ਤੁਰੰਤ ਆਪਣੀ ਬੱਸ ਹਸਪਤਾਲ ਵੱਲੋਂ ਮੋੜ ਲਈ। ਹਸਪਤਾਲ ਦੇ ਵਿੱਚ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਕਿ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਹੋਣ ਵਾਲੀ ਹੈ ਤੇ ਸਟਾਫ ਨੂੰ ਤਿਆਰ ਰੱਖਿਆ ਜਾਏ। ਤਸਵੀਰਾਂ 'ਚ ਦੇਖੋ, ਜਿਵੇਂ ਹੀ ਬੱਸ ਇਸ ਹਸਪਤਾਲ ਦੇ ਬਾਹਰ ਪਹੁੰਚਦੀ ਹੈ ਤਾਂ ਸਟਰਕਚਰ ਲੈ ਕੇ ਪਹਿਲਾਂ ਹੀ ਸਟਾਫ ਖੜਾ ਹੁੰਦਾ ਹੈ। ਜਿਵੇਂ ਹੀ ਸਟਰਕਚਰ ਬੱਸ ਦੇ ਅੱਗੇ ਕੀਤਾ ਜਾਂਦਾ ਹੈ ਤਾਂ ਔਰਤ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇੱਥੇ ਇਹ ਸਾਹਮਣੇ ਆਉਂਦਾ ਹੈ ਕਿ ਔਰਤ ਦੀ ਡਿਲੀਵਰੀ ਹੋਣ ਵਾਲੀ ਸੀ, ਜਿਸ ਲਈ ਉਸਨੂੰ ਸਟਰਕਚਰ 'ਤੇ ਨਹੀਂ ਪਾਇਆ ਗਿਆ, ਬਲਕਿ ਹਸਪਤਾਲ ਦੇ ਡਾਕਟਰ ਅਤੇ ਸਟਾਫ ਹੀ ਬੱਸ ਦੇ ਅੰਦਰ ਚੜ੍ਹ ਗਏ। ਪਹਿਲਾਂ ਤਾਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਫਿਰ ਸਾਰਾ ਸਮਾਨ ਬੱਸ ਦੇ ਬਾਹਰ ਹੀ ਲਿਆਂਦਾ ਗਿਆ, ਜਿਸ ਦੀ ਮਦਦ ਨਾਲ ਔਰਤ ਦੀ ਡਿਲੀਵਰੀ ਬੱਸ ਦੇ ਅੰਦਰ ਹੀ ਕੀਤੀ ਗਈ। ਤਸਵੀਰਾਂ 'ਚ ਦੇਖੋ ਕਿ ਕਿਸ ਤਰ੍ਹਾਂ ਬਾਰ ਬਾਰ ਸਟਾਫ ਨਰਸ ਸਮਾਨ ਲਿਆ ਰਹੇ ਨੇ, ਅੰਦਰ ਬਾਹਰ ਜਾ ਰਹੇ ਨੇ ਅਤੇ ਇਸ ਔਰਤ ਦੀ ਡਿਲੀਵਰੀ ਕਰ ਰਹੇ ਨੇ। ਕੁਝ ਦੇਰ ਬਾਅਦ ਹੀ ਗਰਭਵਤੀ ਔਰਤ ਇੱਕ ਬੱਚੀ ਨੂੰ ਜਨਮ ਦਿੰਦੀ ਹੈ। ਹਸਪਤਾਲ ਸਟਾਫ ਦੇ ਵੱਲੋਂ ਬੱਚੇ ਦੀ ਡਿਲੀਵਰੀ ਤੋਂ ਬਾਅਦ ਹੀ ਇਸ ਔਰਤ ਨੂੰ ਹਸਪਤਾਲ ਦੇ ਅੰਦਰ ਲਿਜਾਇਆ ਜਾਂਦਾ ਹੈ ਅਤੇ ਬੱਚੇ ਨੂੰ ਵੀ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਸਨ ਤਾਂ ਹਸਪਤਾਲ ਦੇ ਸਟਾਫ ਦੇ ਵੱਲੋਂ ਵੀ ਬਿਨਾਂ ਕੋਈ ਸਮਾਂ ਗਵਾਏ ਬੱਸ ਦੇ ਅੰਦਰ ਹੀ ਇਸ ਗਰਭਵਤੀ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਬੱਚੇ ਅਤੇ ਮਾਂ ਦੋਨਾਂ ਦੀ ਜ਼ਿੰਦਗੀ ਬਚਾ ਲਈ ਗਈ। ਵੀਡੀਓ ਕੇਰਲ ਦੇ ਪੈਰਾਮੰਗਲਮ ਦੀ ਹੈ, ਜਿੱਥੇ ਇੱਕ ਹਸਪਤਾਲ ਦੇ ਬਾਹਰ ਹੀ ਸਰਕਾਰੀ ਬੱਸ ਰੁਕਦੀ ਹੈ ਅਤੇ ਉਸ ਦੌਰਾਨ ਸਿਰਫ ਭਾਜੜਾਂ ਹੀ ਨਜ਼ਰ ਆਉਂਦੀਆਂ ਨੇ। ਬਾਰ ਬਾਰ ਕਦੀ ਹਸਪਤਾਲ ਦਾ ਸਟਾਫ ਅੰਦਰ ਜਾ ਰਿਹਾ ਹੈ ਅਤੇ ਕੋਈ ਬਾਹਰ ਆ ਰਿਹਾ ਹੈ। ਇੱਥੇ ਬੱਸ ਦੇ ਵਿੱਚ ਗਰਭਵਤੀ ਔਰਤ ਦੀ ਡਿਲੀਵਰੀ ਕੀਤੀ ਗਈ ਹੈ, ਜੋ ਕਿ ਕਾਮਯਾਬ ਰਹੀ ਹੈ। ਇੱਥੇ ਬੱਚਾ ਅਤੇ ਮਾਂ ਦੋਨੋਂ ਹੀ ਸਿਹਤਮੰਦ ਨੇ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਲਈ ਰੱਖਿਆ ਗਿਆ ਹੈ। ਇਹ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਸ ਅਮਾਲਾ ਹਸਪਤਾਲ ਦੇ ਸਟਾਫ ਦੀ ਤਾਰੀਫ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਬੜੀ ਫੁਰਤੀ ਦੇ ਨਾਲ ਬੱਸ ਦੇ ਵਿੱਚ ਹੀ ਬਿਨਾਂ ਸਮਾਂ ਗੁਆਏ ਇੱਕ ਬੱਚੀ ਅਤੇ ਇੱਕ ਮਾਂ ਦੀ ਜਾਨ ਬਚਾਈ ਹੈ ਅਤੇ ਉਹਨਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ।